ਹੈਲੋ, ਅਸੀਂ ਆ ਗਏ ਆ ਅੱਜ ਇੱਕ ਏਰੀਆ 'ਚ, ਇਹਨੂੰ ਕਹਿੰਦੇ ਆ ਸੇਂਟ ਨੋਰਬਰਟ। ਇਹ ਏਰੀਆ ਬਹੁਤ ਪੁਰਾਣਾ ਆ, ਪਰ ਇੱਥੇ ਫਰੈਂਚ ਇਨਫਲੂਐਂਸ ਵਾ, ਅਤੇ ਜਿਹੜੀਆਂ ਸਟਰੀਟਸ ਆ ਇਹਨਾਂ ਦੇ ਫਰੈਂਚ ਨੇਮ ਆ। ਇਹ ਘਰ ਜਿਹੜੇ ਆ ਇਹ 40-60 ਸਾਲ ਪੁਰਾਣੇ ਆ, ਬਟ ਸ਼ਾਇਦ ਜ਼ਿਆਦਾ ਵੀ ਹੋਣ। ਪਰ ਇਹ ਵਿਨੀਪੈਗ ਦੇ ਬਿਲਕੁਲ ਸਾਊਥ ਐਂਡ 'ਚ ਆ, ਐਨ ਐਂਡ 'ਤੇ। ਇਹ ਤੋਂ ਬਾਅਦ ਜੇ ਚਲ ਜਾਈਏ ਉਹ ਸ਼ਹਿਰ ਦਾ ਬਾਹਰ ਆ ਜਾਂਦਾ ਹੈ। ਅਤੇ ਆਹ ਜਿਹੜੀਆਂ ਸੜਕਾਂ ਆ ਇਹਨਾਂ ਦੇ ਵੀ ਫਰੈਂਚ ਨਾਂ ਰੱਖੇ ਹੋਏ ਆ, ਜਿੱਦਾਂ ਬਿਰਸਨ, ਗ੍ਰੈਂਡਮਾ। ਇੱਥੇ ਬਿਜ਼ਨਸ ਘੱਟ ਹੀ ਆ, ਉਹ ਜ਼ਿਆਦਾਤਰ ਜਿਹੜੀ ਮੇਨ ਸੜਕ ਆ ਪੈਮਨਾ ਹਾਈਵੇ 'ਤੇ, ਉੱਥੇ ਆ ਜ਼ਿਆਦਾ ਬਿਜ਼ਨਸ, ਪਰ ਇੱਧਰ ਘੱਟ ਹੀ ਆ। ਅੱਜ ਤੋਂ ਬੱਸਾਂ ਜਾਂਦੀਆਂ ਯੂਨੀਵਰਸਿਟੀ ਆਫ ਮੈਨੀਟੋਬਾ ਨੂੰ। ਯੂਨੀਵਰਸਿਟੀ ਮੈਨੀਟੋਬਾ ਇੱਥੋਂ 10 ਮਿੰਟ ਦਾ ਰਾਸਤਾ ਹੈ, 10-15 ਮਿੰਟ ਜੇ ਬੱਸ 'ਚ ਜਾਣਾ ਹੋਵੇ ਤਾਂ, ਜੇ ਕਾਰ 'ਚ ਤਾਂ 10 ਮਿੰਟ ਲੱਗਦੇ ਹੋਣੇ। ਹੁਣ ਰਾਤ ਦੇ 7:30 ਹੋ ਗਏ ਆ, ਥੋੜ੍ਹਾ ਦਿਨ ਆ ਹਲੇ, ਬਟ ਇੱਧਰ ਕਾਫੀ ਸਟੂਡੈਂਟ ਰਹਿੰਦੇ ਆ, ਘਰ ਵੀ ਥੋੜ੍ਹੇ ਸਸਤੇ ਆ, ਜਿੱਦਾਂ 2-3 ਲੱਖ ਦਾ ਘਰ ਆ ਜਾਂਦਾ ਇੱਧਰ। ਆਪਾਂ ਇੱਧਰ ਇੱਕ ਸਟਰੀਟ ਵਿੱਚ ਚੱਲਦੇ ਹਾਂ, ਦੇਖਦੇ ਇੱਧਰ ਕਿੱਦਾਂ ਦੇ ਘਰ ਵਾ। ਘਰ ਵੈਸੇ ਸੋਹਣੇ ਆ, ਜੇ ਇੱਧਰ ਕਿਸੇ ਨੇ ਮੂਵ ਹੋਣਾ ਇਹ ਘਰ ਸੋਹਣੇ ਆ। ਇਹਦੇ ਨਾਲ ਇੱਕ ਰਿਵਰ ਪੈ ਜਾਂਦੀ ਆ, ਉਹਨੂੰ ਕਹਿੰਦੇ ਆ ਰੈੱਡ ਰਿਵਰ, ਉਹ ਮੈਨੀਟੋਬਾ ਦੀ ਸਭ ਤੋਂ ਵੱਡੀ ਰਿਵਰ ਵਾ। ਉੱਧਰ ਵੀ ਚੱਲੂਗੀ ਕਿਸੇ ਦਿਨ, ਬਟ ਆਹ ਘਰ ਵੀ ਠੀਕ ਆ। ਆਹ 2-2.25 ਲੱਖ ਦੇ ਹੋਣੇ ਆ, 3 ਦੇ ਵਿੱਚ ਵਿੱਚ ਹੋਣੇ ਆ, ਕੁਆਇਟ ਜਿਹਾ ਏਰੀਆ ਇਹ ਵੀ। ਜ਼ਿਆਦਾਤਰ ਤਾਂ ਇੱਧਰ ਰੈਜ਼ੀਡੈਂਸ਼ੀਅਲ ਘਰ ਹੀ ਆ, ਜਿੱਦਾਂ ਹਾਊਸਿਸ ਵਾ ਘਰ, ਪਰ ਕੋਂਡੋ ਅਪਾਰਟਮੈਂਟ ਵੀ ਮਿਲ ਜਾਂਦੀ ਹੈ ਇੱਧਰ, ਜੇ ਕਿਸੇ ਨੇ ਲੈਣਾ ਹੋਵੇ ਤਾਂ, ਜਾਂ ਸਾਈਡ ਬਾਏ ਸਾਈਡ ਮਿਲ ਜਾਂਦੇ ਆ। ਆਹ ਸੜਕ ਚੱਲ ਜਾਂਦੀ ਹੈ ਇੱਕ ਏਰੀਆ ਨੂੰ, ਕਹਿੰਦੇ ਪੈਮਨਾ ਹਾਈਵੇ। ਪੈਮਨਾ ਹਾਈਵੇ 'ਤੇ ਵੱਡੀ ਸੜਕ ਆ, ਉਹ ਸਿੱਧੀ ਡਾਊਨ ਟਾਊਨ ਚੱਲ ਜਾਂਦੀ ਹੈ, ਪਰ ਉਹ ਯੂਨੀਵਰਸਿਟੀ ਕ੍ਰੋਸ ਵੀ ਕਰਦੀ ਹੈ, ਯੂਨੀਵਰਸਿਟੀ ਮੈਨੀਟੋਬਾ। ਅਤੇ ਆਪਾਂ ਹੁਣ ਪੈਮਨਾ ਹਾਈਵੇ 'ਤੇ ਜਾਂਦੇ ਹਾਂ, ਫਿਰ ਤੁਹਾਨੂੰ ਦੱਸਦੇ ਹਾਂ ਵੀ ਉੱਥੇ ਕਿੱਥੇ ਆ ਯੂਨੀਵਰਸਿਟੀ ਆਫ ਮੈਨੀਟੋਬਾ ਕਿੱਥੇ ਆ। ਰਾਈਟ ਸਾਈਡ 'ਤੇ ਹੈਗੀਆਂ ਅਪਾਰਟਮੈਂਟ ਯੂਨਿਟਸ ਜਾਂ ਕੋਂਡੋ ਜੇ। ਅਤੇ ਇੱਧਰ ਇੱਕ ਕੋਆਪ ਹੈਗਾ ਆ, ਗੈਸ ਸਟੇਸ਼ਨ ਵਾ, ਕਨਵੀਨੀਅੰਸ ਸਟੋਰ ਵਾ। ਇੱਧਰ ਸਰਕਲ ਕੇ ਆ, ਸਰਕਲ ਕੇ ਜਿੱਦਾਂ ਕਨਵੀਨੀਅੰਸ ਸਟੋਰ ਹੀ ਆ, ਜਿੱਦਾਂ ਮੈਕਸ ਸਟੋਰ ਹੁੰਦਾ ਹੈ। ਆਹ ਸੜਕ ਆ ਜਿਹੜੀ, ਇਹਨੂੰ ਕਹਿੰਦੇ ਆ ਪੈਮਨਾ ਹਾਈਵੇ।
ਕਾਫੀ ਬਿਜ਼ੀ ਰਹਿੰਦੀ ਹੈ ਤੇ ਉਹ ਸਾਹਮਣੇ ਹੈਗੀ ਆ ਰੈਡ ਰਿਵਰ ਜਿੱਥੇ ਆ ਟਰੀਜ਼ ਆ ਟਰੀਜ਼ ਦੇ ਉਰਲੇ ਪਾਸੇ ਰੈਡ ਰਿਵਰ ਆ ਹੁਣ ਫ੍ਰੀਜ਼ ਹੋਈ ਉੱਪਰ ਉੱਪਰ ਬਰਫ਼ ਕਰਕੇ ਤੇ ਉਹ ਜਿਹੜੀ ਸੜਕ ਜਾਂਦੀ ਆ ਉੱਧਰ ਨੂੰ ਉਹ ਚਲ ਜਾਂਦੀ ਆ ਐਮਰਸਨ ਨੂੰ ਸ਼ਹਿਰ ਤੋਂ ਬਾਅਦ ਬਾਹਰ ਤੇ ਜਿਹੜੀ ਰਿਵਰ ਵਾ ਉਹ ਉੱਪਰੋਂ 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 ਫ੍ਰੀਜ਼ ਹੋਈ ਆ ਉਹ ਤੁਸੀਂ ਦੇਖ ਸਕਦੇ ਆ ਉਹ ਸਨੋ ਪਈ ਆ ਤੁਸੀਂ ਦੇਖ ਸਕਦੇ ਆ ਉਹ ਰਿਵਰ ਵਾ ਉੱਧਰ ਬਟ ਸਨੋ ਕਰਕੇ ਚਿੱਟੀ ਹੋ ਜੂਗਾ ਉੱਪਰੋਂ ਇੱਕ ਦੋ ਤਿੰਨ ਇੰਚ ਕੁ ਹੋਣੀ ਆ ਬਰਫ਼ ਜੰਮੀ ਉੱਪਰ ਥੱਲੇ ਪਾਣੀ ਆ ਥੱਲੇ ਫਿਸ਼ ਫੁਸ਼ ਰਹਿੰਦੀਆਂ ਅਤੇ ਆਹ ਜਿਹੜੀ ਸੜਕ ਆ ਇਹ ਹੈਗੀ ਆ ਪੈਮਨਾ ਹਾਈਵੇ ਇਹ ਸਿੱਧੀ ਡਾਊਨ ਟਾਊਨ ਚਲ ਜਾਂਦੀ ਹੈ ਤੇ ਰਾਈਟ ਸਾਈਡ ਤੇ ਹੈਗਾ ਆ ਕਿਨੋਰਾ ਤੇ ਇੱਧਰ ਹੈਗਾ ਬ੍ਰੈਂਟਨ ਇਹਨੂੰ ਕਹਿੰਦੇ ਆ ਰਿਚਮੰਡ ਵੈਸਟ ਲੈਫਟ ਸਾਈਡ ਤੇ ਪਰ ਹੋਲ ਏਰੀਆ ਹੈਗਾ ਫੋਰਟ ਰਿਚਮੰਡ ਰਾਈਟ ਸਾਈਡ ਤੇ ਜਿਹੜਾ ਏਰੀਆ ਇਹ ਵੀ ਆ ਫੋਰਟ ਰਿਚਮੰਡ ਚ ਆ ਜਾਂਦਾ ਇੱਧਰ ਹੈਗੇ ਅਪਾਰਟਮੈਂਟ ਘਰ ਵੀ ਹੈਗੇ ਆ ਉਧਰ ਨੂੰ ਕਿਸੇ ਹੋਰ ਦੇ ਚਲੂੰਗੇ ਬਟ ਆਪਾਂ ਹੁਣ ਚੱਲਦੇ ਹਾਂ ਸਿੱਧੇ ਹੀ ਕਿਸੇ ਦਿਨ ਆਪਾਂ ਤੁਹਾਨੂੰ ਆਹ ਹਾਈਵੇ ਦਾ ਟੂਰ ਵੀ ਕਰਾਉਂਗੇ ਇੱਧਰ ਕਾਫੀ ਇੰਟਰਸਟਿੰਗ ਸ਼ੋਪਸ ਆ ਲੈਫਟ ਸਾਈਡ ਤੇ ਹੈਗਾ ਨਿਊ ਡੇਲ ਪਲਾਜ਼ਾ ਇੱਥੇ ਹੈਗੇ ਆ ਫੇਮਸ ਦੁਕਾਨ ਬੰਗਾਲੀ ਸਵੀਟਸ ਤੇ ਹੋਰ ਵੀ ਚਾਈਨੀਜ਼ ਰੈਸਟੋਰੈਂਟ ਹੈਗੇ ਆ ਹੇਅਰ ਕਟਿੰਗ ਦੀ ਸ਼ੋਪ ਆ ਰਾਈਟ ਸਾਈਡ ਤੇ ਹੈਗਾ ਆ ਆਪਣਾ ਇੱਕ ਪਲਾਜ਼ਾ ਇੱਥੇ ਬੈਂਕ ਵਾ ਬਹੁਤ ਵੱਡਾ ਸਟੋਰ ਆ ਗਰੋਸਰੀ ਦਾ ਸੋਬੀਸ ਅਤੇ ਇੱਧਰਲੇ ਪਾਸੇ ਹੈਗੀ ਇੱਕ ਹੋਰ ਬੈਂਕ ਰੋਇਲ ਬੈਂਕ ਗਿਲਸ ਹੈਗਾ ਆ ਸੁਪਰ ਮਾਰਕੀਟ ਇੰਡੀਅਨ ਸਟੋਰ ਆ ਉਹ ਵੀ ਅਤੇ ਨਾਲੇ ਜਾ ਕੇ ਇੱਕ ਹੋਰ ਵਾ ਉਹ ਦੇਸੀ ਪੀਜ਼ਾ ਆ ਉੱਥੇ ਵੀ ਇੰਡੀਅਨ ਫੂਡ ਮਿਲਦਾ ਹੈ ਅਤੇ ਇੱਕ ਬੋਂਬੇ ਸਪਾਈਸਿਸ ਨਾਲੇ ਲੱਗਦੇ ਆ ਪਰ ਉਹਨਾਂ ਦੀ ਆਪਾਂ ਤੁਹਾਨੂੰ ਟੂਰ ਕਿਸੇ ਹੋਰ ਦਿਨ 'ਚ ਕਰਾਉਂਗੇ Thank you.